ਹੈਲੋ एवरीवन ਹੇਰ ਇਜ਼ ਯੋਰ ਰੀਥ ਕਾਰ ਐਂਡ ਵੈਲਕਮ ਬੈਕ ਟੂ ਯੋਰ ਫੇਵਰਿਟ ਯੂਟਿਊਬ ਚੈਨਲ ਅਰਨ ਮਨੀ ਜੌਬ ਜਿਵੇਂ ਕਿ ਸਭ ਤੋਂ ਪਹਿਲਾਂ ਜਿਹੜੀ ਆ ਵੀ ਕੋਈ ਨੋਟੀਫਿਕੇਸ਼ਨ ਆਨ ਦੀ ਗਵਰਨਮੈਂਟ ਜੌਬ ਦੀ ਤੁਹਾਡੀ ਰੀਥ ਵੱਲੋਂ ਹੀ ਦਿੱਤੀ ਜਾਂਦੀ ਹੈ ਸੋ ਫਰੈਂਡ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਆ ਚੁੱਕੀ ਹੈ ਤੇ ਉਹਨੇ ਕੁਝ ਵੈਕੈਂਸੀਜ਼ ਕਿਆ ਸੀ ਕਿ 1 ਮੰਥ ਦੇ ਵਿੱਚ ਵਿੱਚ ਜਿਹੜੇ ਉਹਦੇ ਨੋਟੀਫਿਕੇਸ਼ਨ ਆਊਟ ਹੋਊਗਾ ਸੋ ਉਹਦੇ ਰਿਲੇਟਿਡ ਇਨਫੋਰਮੇਸ਼ਨ ਲੈ ਕੇ ਸੋ ਦੈਟ ਤੁਹਾਨੂੰ ਪਤਾ ਲੱਗੇ ਕਿਹੜੇ ਕਿਹੜੇ ਡਿਪਾਰਟਮੈਂਟ ਚ ਜੌਬਸ ਆ ਰਹੀਆਂ ਨੇ ਕਿੰਨੀਆਂ-ਕਿੰਨੀਆਂ ਜੌਬਸ ਜਿਹ 22 ਦੇ ਵਿੱਚ ਜਿਹੜੀ ਜਿਹੜੀਆਂ ਵੈਕੈਂਸੀਜ਼ ਆਉਣੀਆਂ ਉਹਦਾ ਮੈਂ ਤੁਹਾਡੇ ਕੋਲ ਆਫੀਸ਼ੀਅਲੀ ਲੈ ਕੇ ਆਈਆਂ ਸੋਦਰ ਤੁਸੀਂ ਉਹਦੀ ਪ੍ਰੈਪਰੇਸ਼ਨ ਕਰ ਸਕੋ ਤੇ ਜਿਹੜੀ ਵੀ ਤੁਹਾਨੂੰ ਹੈਲਪ ਦੀ ਲੋੜ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਕਿ ਸਟੱਡੀ ਮਟੀਰੀਅਲ ਪਿਛਲੇ ਸਾਲਾਂ ਦੇ ਕੁਸ਼ਨ ਪੇਪਰ ਵਿਦ ਅਨਸਰ ਕੀ ਤੁਹਾਨੂੰ ਮਿਲ ਸਕਦੇ ਆ ਤੁਹਾਡੀ ਰੀਤ ਕੌਰ ਵੱਲੋਂ ਇਸੇ ਚੈਨਲ ਦੇ ਉੱਪਰ ਸੋ ਫਰੈਂਡਸ ਇਹ ਦੱਸ ਦੇਣੀ ਕਿ ਹੈ ਆਫਿਸ ਵੱਲੋਂ ऑफिशियल लैटर है जीडे तो सामने स्क्रीन के उपर शो हो रही है फ्रॉम द ऑफिस ऑफ प्रिंसीपल सैक्रेटरी गवर्नमेंट ऑफ पाब डिपार्टमेंट ऑफ इंप्लॉयमेंट जनरेशन स्किल डेवलपमेंट के ट्रेनिंग वालों सो फ्रेंड जी एक ऑलरेडी मीटिंग हो चुकी है चीफ सैक्रेटरी ने लै चुकी है बई मार्च ਦੇਵੀ ਚ 3:30 ਵਜੇ ਹੋਈ ਸੀ ਉਹਦੇ ਰਿਲੇਟਡ ਹੀ ਇਹ ਇਨਫੋਰਮੇਸ਼ਨ ਹੈ ਜਿਹਦੇ ਵਿੱਚ ਉਹਨਾਂ ਨੇ ਇਨਫੋਰਮੇਸ਼ਨ ਸ਼ੇਅਰ ਕਰ ਦਿੱਤੀ ਆ ਕਿਹੜੀਆਂ-ਕਿਹੜੀਆਂ ਵੈਕੈਂਸੀਜ਼ ਰਿਕਰੂਟਮੈਂਟ ਪ੍ਰੋਸੈਸ ਐਡਵਰਟਾਈਜ਼ਮੈਂਟ ਹੋਏਗੀ April ਦੇ ਵਿੱਚ ਸੋ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਇਹ ਹੁਣ ਸ਼ੇਅਰ ਕਰ ਰਹੇ ਆ ਇਹ ਇਹਨਾਂ ਨੇ ਮੇਲ ਕਰਨਾ ਹੈ ਉਹਨਾਂ ਨੇ 4-4 4 April ਤੱਕ ਉਹਨਾਂ ਨੇ ਸਾਰਾ ਕੁਝ ਮੇਲ ਕਰ ਦੇਣਾ ਸੋ ਥੈਟ ਉਨੂੰਗਾ ਅਗੇ ਫਰਦਰ ਜਿਹੜਾ ਵਾ ਨੋਟੀਫਿਕੇਸ਼ਨ ਦਿੱਤਾ ਜਾਵੇ ਸੋ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਨੋਟੀਫਿਕੇਸ਼ਨਸ ਆਉਣੀਆਂ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਵਾ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈ ਇਹ ਵਾਲੀਆਂ ਵੈਕੈਂਸੀਸ ਦੇ ਇਸ ਇਹਨਾਂ ਇਹ ਵਾਲੇ ਜੋ ਤੁਹਾਡੇ ਸਾਹਮਣੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈ ਇਹਨਾਂ ਨੇ ਫਰਦਰ ਜਿਹੜਾ ਵਾ এমਪਲੋਇਮੈਂਟ ਜਨਰੇਸ਼ਨ ਵਾਲਿਆਂ ਨੂੰ ਡਾਟਾ ਦੇਣਾ ਹੈ ਕਿ ਕਿੰਨੀਆਂ-ਕਿੰਨੀਆਂ ਵੈਕੈਂਸੀਸ ਜਿਹੜੀਆਂ ਨੇ ਫਿਲਡ ਹੋ ਸਕਦੀਆਂ ਇਹਨਾਂ ਦੇ ਵਿੱਚੋਂ ਕਿੰਨੀਆਂ ਜਿਹੜੀਆਂ ਵੈਕੈਂਸੀਜ਼ ਹੁਣ ਆਊਟ ਹੋਣੀਆਂ ਉਹ ਮੈਂ ਤੁਹਾਡੇ ਨਾਲ ਹੁਣ ਸ਼ੇਅਰ ਕਰ ਰਹੀ ਐ ਇਹ ਆਫੀਸ਼ੀਅਲ ਹੀ ਐ ਤੁਹਾਨੂੰ ਕੁਝ ਵੀ ਫੇਕ ਇਸ ਚੈਨਲ ਉਪਰੋਂ ਨਹੀਂ ਮਿਲੇਗਾ ਸੋ ਫਰੈਂਡ ਜਿਹੜੀਆਂ ਐਡਵਰਟਾਈਜ਼ਮੈਂਟ ਹੋਣੇ April ਦੇ ਵਿੱਚ ਉਹ ਹੈਗੀਆਂ ਐਗਰੀਕਲਚਰ ਦੇ ਵਿੱਚ ਜਿਹਦੀ ਇਨਫੋਰਮੇਸ਼ਨ ਤੁਹਾਨੂੰ ਹੁਣੇ ਸ਼ੇਅਰ ਕੀਤੀ ਕਿ ਮੈਂ 4-4 ਤੱਕ 4 April ਤੱਕ ਮਿਲ ਜਾਏਗੀ ਉਦੋਂ ਜਦੋਂ ਮਿਲੇਗੀ ਨਾਲ ਦੇ ਨਾਲ ਹੀ ਤੁਹਾਨੂੰ ਇਨਫੋਰਮੇਸ਼ਨ ਇਸੇ ਚੈਨਲ ਉੱਪਰ ਸ਼ੇਅਰ ਕੀਤੀ ਜਾਏਗੀ ਫॉर दैट ਯੂ ਕੈਨ ਸਬਸਕ੍ਰਾਈਬ ਥਿਸ ਚੈਨਲ ਤੇ ਲਾਗੇ ਬੈਲ ਦਾ ਆਈਕਨ ਪ੍ਰੈਸ ਕਰ ਸਕਦੇ ਹੋ ਐਨੀਮਲ ਹੈਜ਼ਬੈਂਡਰੀ ਦੇ ਵਿੱਚ ਫਰੈਂਡਸ 250 ਵੈਕੈਂਸੀਸ ਨੇ ਜਿਹੜੀਆਂ April ਦੇ ਵਿੱਚ ਜਿਹੜੀਆਂ ਨੇ ਉਹ ਆਣੀਆਂ ਪਬਲਿਸ਼ਡ ਹੋਣ ਗਿਆ ਕੋਆਪਰੇਸ਼ਨ ਦੀ ਗੱਲ ਕਰੋ ਤੇ 77 ਹੋਣ ਗਿਆ 1137 ਹੈਗੀਆਂ ਨੇ ਵੈਕੈਂਸੀਸ ਪਰ ਜਿਹੜੀਆਂ ਪਬਲਿਸ਼ਡ ਹੋਣੀਆਂ ਨੇ April ਦੇ ਵਿੱਚ ਉਹ ਹੋਣਗੀਆਂ 777 ਨੰਬਰ ਆਫ ਵੈਕੈਂਸੀਜ਼ ਹੋਣਗੀਆਂ ਐਕਸਾਈਜ਼ ਦੇ ਵਿੱਚ ਹੁਣ ਵੈਕੈਂਸੀਜ਼ ਨਿਕਲੀਆਂ ਨੇ 176 ਫੂਡ ਸਪਲਾਈ ਦੇ ਵਿੱਚ ਵੈਕੈਂਸੀਜ਼ ਨਿਕਲੀਆਂ 197 ਫਾਈਨੈਂਸੀ ਹੈ ਜੇ ਇਨਫੋਰਮੇਸ਼ਨ ਆਉਣ ਵਾਲੀ ਹੈ ਬਾਕੀ ਇਨਫੋਰਮੇਸ਼ਨ ਸ਼ੇਅਰ ਹੋ ਚੁੱਕੀ ਜਿਹੜੀਆਂ ਰਹਿ ਗਈਆਂ ਆ 4 4 4 April ਤੋਂ ਪਹਿਲਾਂ ਸ਼ੇਅਰ ਹੋ ਜਾਣਗੀਆਂ ਤੇ ਤੁਹਾਨੂੰ ਸ਼ੇਅਰ ਕੀਤੀਆਂ ਜਾਣੀਆਂ ਇਸ ਚੈਨਲ ਦੇ ਉੱਪਰ ਹੈਲਥ ਦੇ ਵਿੱਚ ਜਿਹੜੀਆਂ ਨੇ 4837 ਨਵੀਆਂ ਵੈਕੈਂਸੀਜ਼ ਆ ਰਹੀਆਂ ਨੇ ਹਾਇਰ ਐਜੂਕੇਸ਼ਨ ਦੇ ਵਿੱਚ 997 ਹਾਊਸਿੰਗ ਦੇ ਵਿੱਚ 280 ਹੋਮ ਦੇ ਵਿੱਚ 161 ਹੈ ਲੋਕਲ ਗਵਰਨਮੈਂਟ ਦੇ ਵਿੱਚ ਕੋਈ ਵੈਕੈਂਸੀ ਨਹੀਂ ਹੈ ਮੈਡੀਕਲ ਐਜੂਕੇਸ਼ਨ ਦੀ ਗੱਲ ਕਰੋ ਤਾਂ ਫਰੈਂਡਸ ਉਹਦੇ ਵਿੱਚ 319 ਵੈਕੈਂਸੀਜ਼ ਆ ਰਹੀਆਂ ਨੇ ਪਾਵਰ ਦੇ ਵਿੱਚ 1690 ਪ੍ਰिजन ਦੇ ਵਿੱਚ 148 ਰੈਵਨਿਊ ਡਿਪਾਰਟਮੈਂਟ ਦੇ ਵਿੱਚ 8 ਵੈਕੈਂਸੀਜ਼ ਆਉਣਗੀਆਂ ਪਬਲਿਸ਼ਡ ਹੋਣਗੀਆਂ ਰੂਲਰ ਡਵੈਲਪਮੈਂਟ ਦੀ ਗੱਲ ਕਰੋ ਤੇ 803 ਸਕੂਲ ਐਜੂਕੇਸ਼ਨ ਦੀ ਗੱਲ ਕਰੋ ਤਾਂ ਉਹਦੇ ਵਿੱਚ 7994 7994 ਸਬਟੂ ਵਾ ਤੁਸੀਂ ਦੇਖ ਸਕਦੇ ਹੋ ਕਿ ਹੈਲਥ ਤੇ ਸਕੂਲ ਦੇ ਵਿੱਚ ਹੈ ਵੈਕੈਂਸੀਜ਼ ਆਉਣੀਆਂ ਕਿਉਂਕਿ ਇਹਨਾਂ ਦਾ ਮੇਨ ਮੋਟੋ ਜਿਹੜਾ ਸੀਗਾ ਉਹ ਹੈਲਥ ਤੇ ਸਕੂਲ ਨੂੰ ਲੈ ਕੇ ਸੀਗਾ ਨੈਕਸਟ ਆ ਫਰੈਂਡਸ ਸੋਸ਼ਲ ਜਸਟਿਸ ਜਿਹਦੇ ਵਿੱਚ 45 ਨੇ ਸੋਸ਼ਲ ਸਿਕਿਉਰਿਟੀ 82 ਟੈਕਨੀਕਲ ਐਜੂਕੇਸ਼ਨ 990, ਵਾਟਰ ਰਿਸੋਰਸ ਦੇ ਵਿਚਾਰੀਆਂ ਨੇ 197 ਤੇ ਵਾਟਰ ਸਪਲਾਈ ਦੇ ਵਿਚਾਰੀਆਂ ਨੇ 158 ਸੋ ਫਰੈਂਡਸ ਇਹਦੇ ਵਿੱਚ ਟੋਟਲ ਵੈਕੈਂਸੀ ਜਿਹੜੀਆਂ ਹਜੇ ਤੱਕ ਡਾਟਾ ਆ ਚੁੱਕਾ ਉਹਦੇ ਅਕੋਰਡਿੰਗ ਹੈਗੀਆਂ ਨੇ 20109 ਤੇ ਇਹ ਕੁਝ ਵੈਕੈਂਸੀ ਤੁਹਾਨੂੰ ਮੈਂ ਆਲਰੇਡੀ ਦੱਸਿਆ ਕਿ ਇਹਨਾਂ ਨੇ ਜਿਹੇ ਫਾਈਨੈਂਸ ਵਾਲੇ ਨੇ ਤੇ ਐਗਰੀਕਲਚਰ ਵਾਲਾ ਨੇ ਹਜੇ ਡਾਟਾ ਦੇਣਾ ਹੈ ਐਗਰੀਕਲਚਰ ਦੇ ਵਿੱਚ ਵੀ ਬਹੁਤ ਸਾਰੀਆਂ ਵੈਕੈਂਸੀਜ਼ ਆਉਂਦੀਆਂ ਸਾਨੂੰ ਮਿਲੀ ਹੈ ਡਿਟੇਲ ਬਟ ਆਫੀਸ਼ੀਅਲੀ ਜਦੋਂ ਆਜੂਗਾ ਤਾਂ ਹੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਨ੍ਹਾਂ ਨੇ ਵੀ ਬੀਐਸਸੀ ਐਗਰੀਕਲਚਰ ਕੀਤੀ ਹੈ ਤਾਂ ਉਹਦੇ ਵਿੱਚ ਵੀ ਨੇ ਕਿਹਾ ਹੈ ਕਿ ਸਕੂਲ ਦੇ ਵਿੱਚ ਇੱਕ ਵੱਖਰਾ ਸਬਜੈਕਟ ਹੋਏਗਾ ਤੇ ਉਹਨਾਂ ਨੂੰ ਐਜ਼ ਅ ਟੀਚਰ ਉਹਦੇ ਵਿੱਚ ਅਪਾਇੰਟ ਕੀਤਾ ਜਾਏਗਾ ਜਿਨ੍ਹਾਂ ਨੇ ਬੀਐਸਸੀ ਜਾਂ ਐਮਐਸਸੀ ਐਗਰੀਕਲਚਰ ਡਿਪਾਰਟਮੈਂਟ ਤੋਂ ਕੀਤੀ ਹੋਏਗੀ ਸੋ ਫਰੈਂਡਸ ਇਹਨਾਂ ਦੀਆਂ ਐਵਕੈਂਸੀਜ਼ ਆਉਣੀਆਂ ਜਿਹਦੇ ਵਾਸਤੇ ਤੁਸੀਂ ਐਲੀਜੀਬਲ ਉਹਦੀ ਸਟੱਡੀ ਮਟੀਰੀਅਲ ਤੁਸੀਂ ਲੈ ਸਕਦੇ ਹੋ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕੀ ਕਿ ਇਸੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਤੁਸੀਂ ਤੁਹਾਨੂੰ ਲਿੰਕ ਵੀ ਮਿਲ ਜੇਨ ਕਿ ਨਾਲ ਦੇ ਨਾਲ ਅਗਰ ਨਹੀਂ ਕੁਝ ਪਤਾ ਲੱਗ ਰਿਹਾ ਤੁਸੀਂ ਕਮੈਂਟ ਬਾਕਸ 'ਚ ਪੁੱਛ ਵੀ ਸਕਦੇ ਹੋ ਸੋ ਇਹ ਜਿੰਨੀਆਂ ਵੀ ਵਕੈਂਸੀਜ਼ ਆਸਰੀਆਂ ਨਾਲ ਦੇ ਨਾਲ ਹੀ ਤੁਹਾਨੂੰ ਉਸੇ ਵੇਲੇ ਨੋਟੀਫਿਕੇਸ਼ਨ ਮਿਲ ਜੇ ਉਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬੈਲ ਆਈਕਨ ਪ੍ਰੈਸ ਕਰ ਸਕਦੇ ਹੋ ਸੋ ਫਰੈਂਡਸ ਐਸੀ ਕੀ ਲੇਟੈਸਟ ਇਨਫੋਰਮੇਸ਼ਨ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਦਿਸ ਵਾਸ 올 ਅਬਾ ਆਪਣੀ ਰੀਡ ਕਾਰ ਦੇ ਨਾਲ ਟਿਊਨ ਰਹਿਣਾ ਇਸ ਚੈਨਲ ਦੇ ਉੱਪਰ ਸੋ ਦੈਟ ਕੋਈ ਵੀ ਚੀਜ਼ ਮਿਸ ਨਾ ਹੋਵੇ ਕਿਉਂਕਿ ਸਾਡਾ ਮੋਟੋ ਹੈ ਤੁਹਾਨੂੰ ਇਨਫੋਰਮੇਸ਼ਨ ਪਹੁੰਚਾਉਣੀ ਫਿਰ ਤੁਹਾਡੀ ਸਟੱਡੀ ਮਟੀਰੀਅਲ ਦੇ ਵਿੱਚ ਹੈਲਪ ਕਰਨੀ ਤਾਂ ਜੋ ਐਸੀ ਜੌਬ ਜੋ ਤੁਹਾਨੂੰ ਦੱਸਦੇ ਆ ਉਹ ਤੁਸੀਂ ਆਪਣੇ ਪਾਕਟ 'ਚ ਪਾ ਸਕੋ ਤੁਸੀਂ ਉਹ ਜੌਬ ਨੂੰ ਲੈ ਸਕੋ ਸੋ ਫਰੈਂਡਸ ਟਿਲ ਦੈਨ ਟੇਕ ਕੇਅਰ ਐਂਡ ਗੁੱਡ ਲੱਕ ਬਾਏ ਬਾਏ